ਸਾਸਰੀ ਕਾਲ ਜੀ ਮੈਂ ਜਿਹੜੇ ਦਿੱਲੀ ਦੇ ਵਿੱਚ ਕਿਸਾਨ ਵੀਰ ਆਪਣੇ ਹੱਕ ਦੀ ਲੜਾਈ ਲੜ ਰਹੇ ਨੇ ਉਹਨਾਂ ਵਾਸਤੇ ਚਾਰਕ ਲਾਈਨਾਂ ਆਈਆਂ ਸੀ ਮੇਰੇ ਮਨ 'ਚ ਤੇ ਮੈਂ ਸੋਚਿਆ ਚਲੋ ਇਹ ਗਾ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਤੇ ਜੇ ਵਧੀਆ ਲਗੀਆਂ ਤਾਂ ਇਹ ਸ਼ੇਅਰ ਜ਼ਰੂਰ ਕਰਿਓ ਮੈਂ ਸਾਰੇ ਦੋਸਤਾਂ ਨੂੰ ਰਿਕਵੈਸਟ ਹੈ ਤਾਂ ਜੋ ਇਹ ਮੋਦੀ ਤੱਕ ਪਹੁੰਚ ਸਕਣ ਤੇ ਮੋਦੀ ਆਪਣਾ ਹਾਂ ਦੇ ਵਿੱਚ ਫੈਸਲਾ ਆਪਣੇ ਬੀਲ ਕੈਨਸਲ ਕਰਨ ਵਾਸਤੇ ਮਤਲਬ ਮੰਨ ਜਵੇ ਲਓ ਜੀ ਸੁਣ ਕੇ ਹੁਕਮਾ ਕਰਨ ਨਾਲ ਲੋਹੇ ਬਣੇ ਨੇ ਸਰੀਰ ਕਿੱਥੇ ਪਾਣੀ ਮਾਰਦੀ ਸਾਨੂੰ ਕਿਹੜਾ ਬੀਲਾਂ ਬਾਰੇ ਪਤਾ ਨਹੀਂ ਉਹ ਦੱਸ ਕੀ ਨੂੰ ਫੇਰੇ ਚਾਰ ਦੀ ਹੋ ਬੱਚਾ ਬੱਚਾ ਦੱਸੇ ਨਾ ਬੀਲਾਂ ਬਾਰੇ ਤੈਨੂੰ ਇਹ ਦੇ ਕੀ ਨੇ ਨੂੰ ਕਿਸਾਨ ਉਹ ਦਿੱਲੀਏ ਨਹੀਂ ਪਿੱਛੇ ਤੈਨੂੰ ਪਉ ਹਟਣਾ ਨਾ ਪਿੱਛੇ ਹਟੂਗਾ ਕਿਸਾਨ ਮੋਦੀ ਤੈਨੂੰ ਕਹਿਣਾ ਸਾਡਾ ਪਉ ਮੰਨਣਾ ਤਾਂ ਪਿੱਛੇ ਹਟੂਗਾ ਕਿਸਾਨ ਉਹ ਇੰਦਰ ਦੇ ਨਾਲ ਪਹਿਲਾਂ ਪਿਆ ਪੇਚਾਂ ਸੀ ਹੁਣ ਮੋਦੀ ਆ ਗਿਆਂ ਸ਼ਰਮਾਂ ਤਾਂ ਸਾਰੀਆਂ ਹੀ ਰੋਟੀ ਨਾਲ ਮੀੜੀਆਂ ਇਹ ਗੋਤੀ ਖਾ ਗਿਆਂ ਉਹ ਹੱਕ ਦੀ ਲੜਾਈ ਨੂੰ ਇਹ ਚੈਨਲਾਂ ਤੇ ਲਾਉਣ ਦਾ ਨਾ ਲੈnde ਕਾ ਤੋਂ ਨਾਮ ਉਹ ਦਿੱਲੀ ਇਹ ਨਹੀਂ ਪਿੱਛੇ ਤੈਨੂੰ ਪਉ ਹਟਣਾ ਨਾ ਪਿੱਛੇ ਹਟੂਗਾ ਕਿਸਾਨ ਦਿੱਲੀਏ ਨਹੀਂ ਪਿੱਛੇ ਤੈਨੂੰ ਪਉ ਹਟਣਾ ਨਾ ਪਿੱਛੇ ਹਟੂਗਾ ਕਿਸਾਨ ਹੁਸਾਂ ਦਾ ਜਾ ਸੁਬਾ ਪਰ ਵਿਗੜੇ ਵੀ ਮੜੇ ਇਤਿਹਾਸ ਬੋਲਦਾ ਸਵਾ ਸਵਾ ਲੱਖ ਨਾਲ ਲੜ ਜਾਵੇ ਕੱਲਾ ਜਦੋਂ ਖੂਨ ਖਾਉਲਦਾ ਖੜਾ ਏ ਮਨਜੀਤ ਵੀ ਕਿਸਾਨ ਨਾਲ ਜਿਹੜੇ ਸਾਡੇ ਦੇਸ਼ ਦੀ ਨਿਸ਼ਾਨ ਦਿੱਲੀ ਇਹ ਨਹੀਂ ਪਿੱਛੇ ਤੈਨੂੰ ਪਉ ਹਟਣਾ ਨਾ ਪਿੱਛੇ ਹਟੂਗਾ ਕਿਸਾਨ ਉਹ ਮੋਦੀ ਤੈਨੂੰ ਕਹਿਣਾ ਸਾਡਾ ਪਉ ਮੰਨਣਾ ਤਾਂ ਪਿੱਛੇ ਹਟੂਗਾ ਕਿਸਾਨ ਲਓ ਜੀ ਜੇ ਵਧੀਆ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਕਿਸਾਨ ਏਕਤਾ ਜਿੰਦਾਬਾਦ